ਮੈਂ ਤੇ ਮਾਂ ਦੇ ਅੱਜ ਦੇ ਐਪੀਸੋਡ ਤੁਹਾਡਾ ਸਵਾਗਤ ਹੈ ਦੋਸਤੋ। ਮੈਂ ਨਾ ਅੱਜ ਮੰਮੀ ਨਾਲ ਗੱਲ ਕਰਨਾ ਚਾਹੁੰਦੀ ਸੀ, ਕਿਉਂਕਿ ਨਾ ਜਦ ਮੈਂ ਛੋਟੀ ਹੁੰਦੀ ਸੀ ਮੈਨੂੰ ਯਾਦ ਹੈ ਕਿ ਅਸੀਂ ਨਾ ਇਹੋ ਜਿਹੇ ਬੜੇ ਸਾਰੇ ਕੇਸ ਸੋਲਵ ਕਰਨ ਜਾਂਦੇ ਸੀ ਜਿੱਥੇ ਕਦੇ ਔਰਤਾਂ ਨੂੰ ਕਸਰ ਹੋ ਗਈ, ਕਦੇ ਕੁਛ ਹੋ ਗਿਆ, ਕਦੇ ਉਹ ਖੇਡਣ ਲੱਗ ਪਈਆਂ, ਕਦੇ ਭੂਤਾਂ ਚੜ ਗਈਆਂ, ਕਦੇ ਖੂਨ ਦੇ ਛਿੱਟੇ ਡਿੱਗ ਪਏ, ਇਹੋ ਜਿਹੀਆਂ ਪੈਰਾਨੋਰਮਲ ਐਕਟੀਵਿਟੀਆਂ ਜਿਹੀਆਂ ਹੋਰਰ ਐਕਟੀਵਿਟੀਜ਼ ਹੁੰਦੀਆਂ ਸੀਗੀਆਂ। ਅਤੇ ਮੈਨੂੰ ਤਾਂ ਕੀ ਡਰ ਲੱਗਣਾ ਸੀ, ਕਿਉਂਕਿ ਮੈਂ ਤਾਂ ਭੂਤ ਭਜਾਉਣ ਵਾਲੀ ਨਾਲ ਜਾਂਦੀ ਸੀ। ਪਰ ਮੈਂ ਨਾ ਮੰਮੀ ਨੂੰ ਇਹ ਪੁੱਛਣਾ ਚਾਹੁੰਦੀ ਹਾਂ ਕਿ ਮੰਮੀ ਕੀ, ਕਿਉਂਕਿ ਮੋਸਟਲੀ ਉਹ ਤੁਸੀਂ ਔਰਤਾਂ ਨਾਲ ਹੀ ਗੱਲ ਕਰਦੇ ਸੀ, ਕਿ ਔਰਤਾਂ ਨੂੰ ਇਹ ਜਿਹੀਆਂ ਚੀਜ਼ਾਂ ਜ਼ਿਆਦਾ ਹੁੰਦੀਆਂ ਨੇ ਅਤੇ ਕੀ ਚੀਜ਼ਾਂ ਹੁੰਦੀਆਂ ਨੇ। ਸਭ ਤੋਂ ਪਹਿਲਾਂ ਤਾਂ ਨਾ ਮੈਂ ਆਪਣੇ ਸਰੋਤਿਆਂ ਅਤੇ ਦਰਸ਼ਕਾਂ ਨੂੰ ਇਹ ਗੱਲ ਸਪੱਸ਼ਟ ਕਰਨਾ ਚਾਹੁੰਦੀ ਹਾਂ ਕਿ ਇਹ ਆਮ ਪ੍ਰਚਲਿਤ ਧਾਰਨਾ ਹੈ ਕਿ ਜਿਹੜੀਆਂ ਔਰਤਾਂ ਨੇ ਸਾਡੇ ਸਮਾਜ ਦੇ ਵਿੱਚ ਉਹੀ ਵਹਿਮੀ ਹੁੰਦੀਆਂ ਨੇਗੀਆਂ, ਉਹੀ ਔਰਤਾਂ ਹੀ ਮਾਨਸਿਕ ਰੋਗੀ ਹੁੰਦੀਆਂ ਨੇਗੀਆਂ ਅਤੇ ਉਹਨਾਂ ਦੇ ਵਿੱਚ ਹੀ ਕਸਰ ਆਉਂਦੀ ਹੈ, ਇਹ ਸਾਰੇ ਕੁਛ ਦੀਆਂ ਜ਼ਿੰਮੇਵਾਰ ਉਹੀ ਹੁੰਦੀਆਂ। ਮੈਂ ਇਹ ਧਾਰਨਾ ਨੂੰ ਰੱਦ ਕਰਦੀ ਹਾਂ ਕਿ ਜਿੱਥੋਂ ਤੱਕ ਵਹਿਮਾਂ ਭਰਮਾਂ ਦਾ ਸਵਾਲ ਹੈ, ਮਰਦ ਵੀ ਓਨੇ ਹੀ ਵਹਿਮੀ ਹੁੰਦੇ ਨੇ ਜਿੰਨੀਆਂ ਔਰਤਾਂ, ਪਰ ਉਹਨਾਂ ਦੇ ਜਿਹੜੇ ਵਹਿਮ ਹੈ ਨਾ ਉਹ ਸਾਡੇ ਉਵੇਂ ਧਿਆਨ 'ਚ ਨਹੀਂ ਆਉਂਦੇ। ਮੈਂ ਇੱਕ ਉਦਾਹਰਨ ਦਿੰਦੀ ਹੁੰਦੀ ਹਾਂ ਕਿ ਕੋਈ ਔਰਤ ਹੈ ਮੜੀਆਂ ਮਸਾਣੀਆਂ 'ਤੇ ਜਾ ਕੇ ਮੱਥਾ ਟੇਕਦੀ ਆ, ਸਭ ਦੇ ਧਿਆਨ 'ਚ ਆ ਜਾਂਦੀ ਆ, ਉਹ ਬਾਬਿਆਂ ਕੋਲ ਆ ਜਾਂਦੀ ਹੈ, ਇਹ ਸਭ ਦੇ ਧਿਆਨ 'ਚ ਆ ਜਾਂਦੀ ਹੈ। ਪਰ ਜਦੋਂ ਅਸੀਂ ਘਰਾਂ ਦੇ ਮਕਾਨ ਦੀ ਨੀਂਹ ਰੱਖਦੇ ਹਾਂ ਤਾਂ ਉੱਥੇ ਕੀ ਹੁੰਦਾ, ਉਹਦਾ ਜਿਹੜਾ ਮਹੂਰਤ ਕਢਾਉਣਾ ਏ, ਉਹਦੀ ਜਿਹੜੀ ਚੜ੍ਹਦੇ ਪਾਸੇ ਵੱਲ ਮੂੰਹ ਹੋਵੇ ਜਾਂ ਉਸਦਾ ਉਹਦੀ ਰਸੋਈ ਕਿੱਥੇ ਹੋਵੇ, ਇਹ ਸਾਰੀਆਂ ਵਸਤੂ ਸ਼ਾਸਤਰ ਦੇ ਜਿਹੜਾ ਸਭ ਤੋਂ ਵੱਡੇ ਵਹਿਮ ਨੇਗੇ, ਇਹ ਮਰਦ ਕਰਿਆ ਕਰਦੇ ਨੇ, ਕਿਉਂਕਿ ਮਰਦ ਹੀ ਉਹਦੀ ਇੱਟ ਲਾਉਂਦੇ ਨੇ ਆਮ ਕਰਕੇ। ਜੇ ਜਿੰਨਾਂ ਘਰਾਂ 'ਚ ਲੜਕਾ ਵੱਡਾ ਹੁੰਦਾ ਨਾ ਤਾਂ ਲੜਕੇ ਤੋਂ ਹੀ ਉਹਦੀ ਨੀਂਹ ਰਖਵਾਈ ਜਾਂਦੀ, ਇਸ ਘਰ ਦੀ ਨੀਂਹ ਤਾਂ ਬਈ ਅਸੀਂ ਰੱਖੀ ਸੀ। ਹਾਂ, ਕਿਉਂਕਿ ਅਸੀਂ ਤਾਂ ਉਹਨਾਂ ਚੀਜ਼ਾਂ ਤੋਂ 'ਚ ਬਿਲੀਵ ਹੀ ਨਹੀਂ ਕਰਦੇ ਨਾ, ਸਾਡੀਆਂ ਤਾਂ ਬੇਟੀਆਂ ਨੇ ਅਤੇ ਸਾਡੀਆਂ ਬੇਟੀਆਂ ਹੀ ਇਹਦੀ ਨੀਂਹ ਰੱਖਣਗੀਆਂ। ਮੇਰਾ ਕਹਿਣ ਦਾ ਭਾਵ ਇਹ ਹੈ ਕਿ ਇਹ ਜਿਹੜੇ ਵੱਡੇ ਵਹਿਮ ਨੇ ਇਹ ਮਰਦ ਕਰਦੇ ਨੇ ਗੇ। ਸੋ ਇਹ ਗੱਲ ਸਪਸ਼ਟ ਹੋ ਗਈ। ਇਹ ਗੱਲ ਮੈਂ ਤੁਹਾਡੇ ਨਾਲ ਐਡੀਸ਼ਨ ਕਰਦਾ ਦੋਸਤੋ, ਅਕਸਰ ਕਿਹਾ ਜਾਂਦਾ ਹੈ ਕਿ ਔਰਤਾਂ ਨਾ ਬਹੁਤ ਇਮੋਸ਼ਨਲ ਹੁੰਦੀਆਂ ਨੇ, ਕਦੇ ਰੋਣ ਲੱਗ ਪੈਂਦੀਆਂ ਕਦੇ ਕੁਛ, ਉਹਦਾ ਰੀਜ਼ਨ ਇਹ ਹੈ ਕਿ ਮਰਦਾਂ ਦਾ ਇਮੋਸ਼ਨ ਇਮੋਸ਼ਨ ਹੀ ਨਹੀਂ ਮੰਨਿਆ ਜਾਂਦਾ, ਐਂਗਰ ਨੂੰ ਕੋਈ ਇਮੋਸ਼ਨ ਨਹੀਂ ਮੰਨਿਆ ਜਾਂਦਾ, ਜਦਕਿ ਐਂਗਰ ਬਹੁਤ ਵੱਡਾ ਇਮੋਸ਼ਨ ਹੈ। ਤਾਂ ਉਹ ਉਵੇਂ ਹੀ ਹੈ ਜਿਵੇਂ ਕਿ ਮੰਮੀ ਨੇ ਹੁਣੀ ਕਿਹਾ ਕਿ ਆਹ ਛੋਟੀਆਂ ਮੋਟੀਆਂ ਵਹਿਮਾਂ ਕਿ ਛਿੱਕ ਮਾਰੀ ਤੋਂ ਬਾਹਰ ਨਹੀਂ ਨਿਕਲਣਾ, ਪੌਣ ਪਾਈ ਤੋਂ ਬਾਹਰ ਨਹੀਂ ਨਿਕਲਣਾ, ਇਹ ਔਰਤਾਂ ਦੇ ਹਿੱਸੇ ਆ ਗਏ ਅਤੇ ਵੱਡੇ ਵਹਿਮ ਭਰਮ ਬੰਦਿਆਂ ਦੇ ਹਿੱਸੇ ਆ ਗਏ, ਬੰਦੇ ਭਾਵ ਮਰਦਾਂ ਦੇ ਹਿੱਸੇ ਆ ਗਏ, ਤਾਂ ਇੱਕ ਤਰ੍ਹਾਂ ਨਾਲ ਫੇਰ ਵੀ ਟੈਗ ਲੱਗ ਗਿਆ ਔਰਤਾਂ ਨੂੰ। ਹੁਣ ਮੰਮੀ ਇਹ ਜਿਹੜੀਆਂ ਕਸਰਾਂ ਕੁਸਰਾਂ ਹੁੰਦੀਆਂ ਫਿਰ ਜਿਹੜੇ ਆਪਾਂ ਕੇਸ ਸੋਲਵ ਕਰਦੇ ਸੀ, ਫਿਰ ਇਹ ਔਰਤਾਂ ਕਿਉਂ ਨਿਕਲਦੀਆਂ ਸੀ? ਹਾਂ, ਇੱਕ ਇੱਕ ਗੱਲ ਮੈਂ ਕਹਾਂਗੀ ਕਿ ਮਰਦ ਵੀ ਮਾਨਸਿਕ ਰੋਗੀ ਹੋ ਸਕਦੇ ਨੇ, ਔਰਤਾਂ ਵੀ ਮਾਨਸਿਕ ਰੋਗੀ ਹੋ ਸਕਦੇ ਨੇ, ਪਰ ਮਰਦਾਂ ਦੇ ਮੁਕਾਬਲੇ। ਇੱਕ ਕੁਐਸਚਨ ਐਡ ਕਰਨਾ ਚਾਹੁੰਦੀ ਆ ਕਿ ਇਹ ਕਸਰਾਂ ਜਾਂ ਜੋ ਵੀ ਚੀਜ਼ਾਂ ਨੇ ਇਹਦੇ ਪਿੱਛੇ ਕੋਈ ਮਾਨਸਿਕ ਉਹਦੀ ਪ੍ਰੋਬਲਮ ਹੁੰਦੀ ਹੈ ਜਾਂ ਫਿਰ ਇਹ ਕੋਈ ਸੱਚੀ ਕੋਈ ਭੂਤ ਪ੍ਰੇਤ ਹੁੰਦੇ ਆ, ਪਹਿਲਾਂ ਉਹਦੇ ਬਾਰੇ ਥੋੜਾ ਐਕਸਪਲੇਨ ਕਰ ਦਿਓ। ਹਾਂ, ਇਹ ਕੋਈ ਸੱਚੀ ਦੇ ਭੂਤ ਪ੍ਰੇਤ ਨਹੀਂ ਹੁੰਦੇ, ਇਹ ਸਾਡੀ ਅਣਪੜਤਾ ਦੇ ਵਿੱਚੋਂ ਜਾਂ ਵਹਿਮਾਂ ਭਰਮਾਂ ਦੇ ਵਿੱਚੋਂ ਜਾਂ ਜਿਹੜੇ ਬਾਬੇ ਨੇ ਉਹ ਆਪਦਾ ਤੋਰੀ ਫੁਲਕਾ ਚਲਾਉਣ ਦੇ ਲਈ ਲੋਕਾਂ ਦੇ ਵਿੱਚ ਉਹ ਸਾਰੇ ਵਹਿਮ ਹੈ ਜਿਹੜੇ ਪੈਦਾ ਕਰਦੇ ਨੇਗੇ, ਦੁਕਾਨਦਾਰੀਆਂ ਚਲਾਉਂਦੇ ਨੇ, ਸਿੱਟੇ ਵਜੋਂ ਜਿਹੜੇ ਗਰੀਬ ਲੋਕ ਨੇ ਜਾਂ ਜਿਹੜੇ ਆਪਾਂ ਕਹਿ ਲਈਏ ਕਿ ਬਹੁਤੇ ਜ਼ਿਆਦਾ ਸਿਆਣੇ ਨਹੀਂ ਹੁੰਦੇ,
ਸਾਧਨਵੰਤ ਨਹੀਂ ਹੁੰਦੇ, ਉਹ ਇਹਨਾਂ ਚੱਕਰਾਂ ਦੇ ਵਿੱਚ ਫਸ ਜਾਂਦੇ ਨੇ। ਜਾਂ ਸਹੀ ਗੱਲ ਤਾਂ ਹੈ ਕਿ ਜਿਨ੍ਹਾਂ ਦੀ ਸੋਚ ਵਿਗਿਆਨਕ ਨਹੀਂ ਹੁੰਦੇ, ਜਿਹੜੇ ਇਹਨਾਂ ਦੇ ਪਿਛਲੇ ਕਾਰਨਾਂ ਨੂੰ ਨਹੀਂ ਜਾਣਦੇ ਹੁੰਦੇ, ਉਹ ਇਹਨਾਂ ਚੀਜ਼ਾਂ ਦੇ ਵਿੱਚ ਫਸ ਜਾਂਦੇ ਨੇ। ਮਰਦ ਵੀ ਉਹਨਾਂ ਚੀਜ਼ਾਂ ਦੇ ਵਿੱਚ ਫਸ ਜਾਂਦੇ ਨੇ, ਔਰਤਾਂ ਵੀ ਇਹਨਾਂ ਚੀਜ਼ਾਂ ਦੇ ਵਿੱਚ ਫਸ ਜਾਂਦੀਆਂ। ਪਰ ਮੁਕਾਬਲਤਨ ਔਰਤਾਂ ਵੱਧ ਫਸ ਜਾਂਦੀਆਂ। ਕਿਉਂ ਫਸਦੀਆਂ ਇਹਦੇ ਬਾਰੇ ਮੈਂ ਤੈਨੂੰ ਬਾਅਦ 'ਚ ਦੱਸਦੀ ਹਾਂ। ਮਾਨਸਿਕ ਰੋਗੀ ਵੀ ਔਰਤਾਂ ਵੱਧ ਕਿਉਂ ਹੋ ਜਾਂਦੀਆਂ ਨੇ? ਕਿਉਂਕਿ ਉਹ ਸਭ ਤੋਂ ਕਹਿ ਲਈਏ ਕਿ ਪਰਿਵਾਰ ਦੇ ਵਿੱਚ ਕਮਜ਼ੋਰ ਕੜੀ ਹੁੰਦੀ ਹੈ। ਸਾਧਨਵੰਤ ਜਿਹੜੇ ਸਭ ਤੋਂ ਵੱਧ ਕੌਣ ਨੇ? ਉਹ ਮਰਦ ਨੇ। ਔਰਤ ਤਾਂ ਹੁਣ ਬਾਅਦ 'ਚ ਕਮਾਉਣ ਲੱਗੀ ਆ ਨਾ। ਜਿਹੜੀ ਔਰਤ ਕਮਾਉਂਦੀ ਨਹੀਂ ਜਾਂ ਘਰ ਦੀ ਜਿਹੜੀ ਪਾਵਰ ਹੈ ਉਹ ਕਿਹਦੇ ਹੱਥ 'ਚ ਹੈ? ਜੇ ਅਜੇ ਤੱਕ ਵੀ ਜਿਹੜੀ ਸਾਰੀ ਸਮੁੱਚੀ ਪਾਵਰ ਹੈ ਪਰਿਵਾਰ ਦੀ ਉਹ ਮਰਦ ਦੇ ਹੱਥ ਵਿੱਚ ਹੈ, ਪਰ ਭਾਵਨਾਵਾਂ ਤਾਂ ਔਰਤ ਦੀਆਂ ਵੀ ਉਹੀ ਨੇ, ਅਤੇ ਉਹ ਭਾਵਨਾਵਾਂ ਪੂਰੀਆਂ ਕਰਨ ਲਈ ਉਹਨੂੰ ਦੂਜਿਆਂ ਵੱਲ ਦੇਖਣਾ ਪੈਂਦਾ। ਜੇ ਉਹਦੀਆਂ ਉਹ ਭਾਵਨਾਵਾਂ ਦਬੀਆਂ ਰਹਿ ਜਾਂਦੀਆਂ ਨੇ, ਇੱਕ ਤਾਂ ਉਹਦੀਆਂ ਲੋੜਾਂ ਨੇ, ਠੀਕ ਹੈ, ਜ਼ਰੂਰੀ ਲੋੜਾਂ ਨੇ, ਰੋਟੀ ਹੈ, ਕੱਪੜਾ ਹੈ ਜਾਂ ਹੋਰ ਚੀਜ਼ਾਂ ਨੇ। ਇਸ ਤੋਂ ਇਲਾਵਾ ਜਿਹੜੀਆਂ ਜਿਹੜੀ ਚੀਜ਼ ਵੱਲ ਮੈਂ ਧਿਆਨ ਦਿਵਾਉਣਾ ਚਾਹੁੰਦੀ ਹਾਂ ਕਿ ਸਾਡੀਆਂ ਜਿਹੜੀਆਂ ਕਾਮਕ ਲੋੜਾਂ ਹੁੰਦੀਆਂ, ਹੁਣ ਤੱਕ ਇਹ ਸਮਝਿਆ ਜਾਂਦਾ ਹੈ ਕਿ ਜਿਹੜੀ ਮਰਦ ਦੀ ਕਾਮਕ ਲੋੜ ਹੀ ਲੋੜ ਹੈ, ਕਿ ਔਰਤ ਨੇ ਤਾਂ ਉਹਦੇ ਸਾਹਮਣੇ ਸਿਰਫ ਪੇਸ਼ ਹੋਣਾ। ਪਰ ਜਦੋਂ ਔਰਤ ਮਹਿਸੂਸਦੀ ਹੈ, ਕਿਉਂਕਿ ਉਹ ਮਨੁੱਖ ਹੈ, ਉਸ ਦੀਆਂ ਇਹ ਭਾਵਨਾਵਾਂ ਵੱਲ ਕਿਸੇ ਦਾ ਖਿਆਲ ਹੀ ਨਹੀਂ ਜਾਂਦਾ, ਅਤੇ ਜੇ ਉਸ ਦੀ ਕਾਮਕ ਸੰਤੁਸ਼ਟੀ ਨਹੀਂ ਹੁੰਦੀ ਤਾਂ ਉਹ ਤਾਂ ਕਿਸੇ ਨਾਲ ਗੱਲ ਵੀ ਨਹੀਂ ਕਰ ਸਕਦੀ, ਅਤੇ ਜੇ ਗੱਲ ਕਰੂਗੀ ਤਾਂ ਉਸਦੀ ਕਰੈਕਟਰ ਅਸੈਸੀਨੇਸ਼ਨ ਕੀਤੀ ਜਾਊਗੀ, ਇਹ ਤਾਂ ਬਹੁਤ ਭੈੜੀ ਔਰਤ ਹੈ। ਜਿਹੜੀਆਂ ਮਰਦ ਦੀਆਂ ਕਮਜ਼ੋਰੀਆਂ ਨੇ, ਉਹਦੀਆਂ ਸਰੀਰਕ ਕਮਜ਼ੋਰੀਆਂ ਨੇ, ਸਮਾਜਿਕ ਤੌਰ 'ਤੇ ਉਹਨਾਂ ਚੀਜ਼ਾਂ ਵੱਲ ਧਿਆਨ ਹੀ ਨਹੀਂ ਦਿੱਤਾ ਜਾਂਦਾ। ਜੇ ਕੋਈ ਔਰਤ ਹੈ ਮੰਨ ਲਓ, ਉਹ ਬੱਚਾ ਨਹੀਂ ਪੈਦਾ ਕਰ ਸਕਦੀ, ਸਾਰੇ ਸਮਾਜ ਦੇ ਵਿੱਚ ਉਹ ਟਾਰਗੇਟ ਕੀਤੀ ਜਾਂਦੀ ਹੈ, ਅਤੇ ਹਰ ਕੋਈ ਉਹਨੂੰ ਵੀ ਕਿੰਨਾ ਚਿਰ ਹੋ ਗਿਆ ਤੇਰੇ ਮੂੰਹ ਵੱਲ ਦੇਖਦਿਆਂ, ਵੀ ਹੁਣ ਉਹਦੇ ਇਹ ਇਸ ਵੱਲ ਦੇਖਿਆ ਹੀ ਨਹੀਂ ਜਾਂਦਾ ਕਿ ਉਹ ਕਮਜ਼ੋਰੀ ਮਰਦ ਦੀ ਵੀ ਹੋ ਸਕਦੀ ਹੈ, ਇਹ ਔਰਤ ਦੀ ਵੀ ਹੋ ਸਕਦੀ ਹੈ, ਮੈਂ ਉਹਦੀ ਕੁੱਖ ਦੀ ਕਮਜ਼ੋਰੀ ਹੋ ਸਕਦੀ ਹੈ। ਮੈਂ ਮੰਮੀ ਤੁਹਾਡੀ ਗੱਲ ਸਮਝ ਗਈ। ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਮਰਦ ਪ੍ਰੋਵਾਈਡਰ ਬਣ ਜਾਂਦੇ ਨੇ ਤੇ ਔਰਤ ਸਿਰਫ ਇੱਕ ਰਿਸੀਵਰ ਰਹਿ ਜਾਂਦੀ ਹੈ, ਭਾਵੇਂ ਉਹ ਕੰਮਕ ਲੋੜਾਂ ਦੀ ਹੋਵੇ, ਭਾਵੇਂ ਉਹ ਫਾਈਨੈਂਸ਼ੀਅਲ ਲੋੜਾਂ ਦੀ ਹੋਵੇ, ਭਾਵੇਂ ਉਹ ਇਮੋਸ਼ਨਲ ਲੋੜਾਂ ਦੀ ਹੋਵੇ, ਕੋਈ ਵੀ ਜਦੋਂ ਉਹਦੀ ਲੋੜ ਕਿਤੋਂ ਖਾਲੀ ਰਹਿ ਜਾਂਦੀ ਹੈ, ਕਿਉਂਕਿ ਉਹ ਆਪ ਨਹੀਂ ਪੂਰਾ ਕਰ ਸਕਦੀ। ਦੋਸਤੋ, ਅਸੀਂ ਆਮ ਉਹਨਾਂ ਔਰਤਾਂ ਦੀ ਗੱਲ ਨਹੀਂ ਕਰ ਰਹੇ ਜਿਹੜੀਆਂ ਆਪਦੀਆਂ ਲੋੜਾਂ ਆਪ ਪੂਰੀਆਂ ਕਰ ਸਕਦੀਆਂ, ਆਪਾਂ ਉਹਨਾਂ ਔਰਤਾਂ ਦੀ ਗੱਲ ਕਰ ਰਹੇ ਜੋ ਜਿਨ੍ਹਾਂ ਨੂੰ ਕਿਸੇ ਦੇ ਮੂੰਹ ਵੱਲ ਦੇਖਣਾ ਪੈਂਦਾ ਉਹ ਸਿੰਪਲ ਤੋਂ ਸਿੰਪਲ ਲੋੜ ਪੂਰੀ ਕਰਨ ਵਾਸਤੇ, ਜਿਵੇਂ ਮਰਦ ਦੇ ਫਿਜ਼ੀਕਲ ਸਹਿਯੋਗ ਦੀ ਹੋਈ ਅਸੀਂ ਗੱਲ ਕਰ, ਉਹੀ ਮੈਂ ਕਿਹਾ ਉਹ ਕਿਸੇ ਦੇ ਮੂੰਹ ਵੱਲ ਦੇਖਣਾ ਪੈਂਦਾ, ਉਹ ਆਊਗਾ, ਉਹ ਕਰੂਗਾ। ਮੇਰਾ ਭਾਵ ਕੇਵਲ ਬੱਚੇ ਤੋਂ ਨਹੀਂ, ਇੱਕ ਔਰਤ ਦੀ ਸਰੀਰਕ ਸੰਤੁਸ਼ਟੀ ਦੀ ਵੀ ਗੱਲ ਹੈ ਜਿਸ ਵੱਲ ਕਦੇ ਵੀ ਧਿਆਨ ਨਹੀਂ। ਮੈਂ ਤਾਂ ਮੰਮੀ ਅੱਜ ਕੱਲ ਦੀ ਜੇ ਆਪਾਂ ਗੱਲ ਕਰੀਏ ਤਾਂ ਬੱਚਾ ਪੈਦਾ ਕਰਨਾ ਤਾਂ ਇੱਕ ਮਸ਼ੀਨੀ ਕੰਮ ਹੈ, ਆਪਾਂ ਮਸ਼ੀਨੀ ਗੱਲ ਦੀ ਨਹੀਂ ਗੱਲ ਕਰ ਰਹੇ, ਆਪਾਂ ਸੈਕਸ਼ੂਅਲ ਸੈਟੀਸਫੈਕਸ਼ਨ ਦੀ ਗੱਲ ਕਰ ਰਹੇ ਹਾਂ। ਤੇ ਮੈਂ ਇਹ ਗੱਲ ਬਹੁਤ ਵਰਡ ਵਰਤ ਕੇ ਕਹਿਣਾ ਚਾਹੁੰਦੀ ਹਾਂ ਕਿਉਂਕਿ ਬਹੁਤ ਵਾਰੀ ਨਾ ਆਪਾਂ ਇਹੋ ਜਿਹੇ ਵਰਡਸ ਨੂੰ ਨਾ ਦਬਾ ਕੇ ਜਾਂ ਇੱਕ ਦੂਜੇ ਨੂੰ ਇੰਪਲਾਈ ਕਰਕੇ ਵੀ ਇਹਦਾ ਮਤਲਬ ਇਹ ਹੈ ਤੁਸੀਂ ਸਮਝ ਜਾਓ ਆਏ ਕਹਿੰਦੇ ਹੋ, ਤਾਂ ਜਿੰਨਾ ਆਪਾਂ ਇੰਪਲਾਈ ਕਰਦੇ ਹਾਂ ਉਨੇ ਲੋਕ ਘੁੱਗੜ ਕੰਨੇ ਬਣ ਕੇ ਰਹਿ ਜਾਂਦੇ ਤੇ ਸਮਝਣਾ ਨਹੀਂ ਚਾਹੁੰਦੇ। ਤੇ ਮੈਂ ਚਾਹੁੰਦੀ ਹਾਂ ਸਭ ਨੂੰ ਸਮਝ ਆਵੇ ਕਿ ਔਰਤਾਂ ਦੀ ਵੀ ਸੈਕਸ਼ੂਅਲ ਰਿਪਰੈਸ਼ਨ ਉਨੀ ਹੀ ਇੰਪੋਰਟੈਂਟ ਹੈ ਜਿੰਨੀ ਇੰਪੋਰਟੈਂਟ ਬੰਦਿਆਂ ਦੀ ਹੁੰਦੀ ਹੈ, ਤੇ ਜੇ ਉਹ ਰਿਪਰੈਸ ਹੁੰਦੇ ਆ ਤੇ ਉਹ ਸਾਈਕਿਕ ਬਣਦੇ
ਸਾਈਕੋਲੋਜੀਕਲ ਪ੍ਰੋਬਲਮਸ ਆਉਂਦੀਆਂ ਉਹਨਾਂ ਨੂੰ, ਉਵੇਂ ਹੀ ਤੇ ਜੇ ਔਰਤ ਨੂੰ ਉਵੇਂ ਰਿਪਰੈਸ ਕੀਤਾ ਜਾਊਗਾ ਸੈਕਸ਼ੂਅਲੀ, ਉਹਦੇ ਵੀ ਪ੍ਰੋਬਲਮ ਮਾਨਸਿਕ ਰੋਗੀ ਬਣੇਗੀ ਬਣੇਗੀ। ਤੇ ਮੰਮੀ ਹੁਣ ਜਿੰਨੇ ਤੁਸੀਂ ਜਿਵੇਂ ਕਿ ਤੁਹਾਡੀ ਕਿਤਾਬ ਆਈ ਸੀ, ਮੈਂ ਛੋਟੀ ਜੀ ਪਹਿਲਾਂ ਇੱਕ ਉਦਾਹਰਣ ਦੇ ਲਾਂ। ਮੰਨ ਲਓ ਇੱਕ ਲੜਕਾ ਤੇ ਲੜਕੀ ਦੋ ਜਣੇ ਨੇ, ਉਹਨਾਂ ਦਾ ਆਪਸੀ ਪਿਆਰ ਮੁਹੱਬਤ ਹੈ, ਉਹ ਵਿਆਹ ਕਰਾਉਣਾ ਚਾਹੁੰਦੀ ਹੈ। ਮੁੰਡੇ ਦਾ ਪਰਿਵਾਰ ਜੇ ਚਾਹੂਗਾ ਠੀਕ ਹੈ, ਮੁੰਡਾ ਤਾਂ ਧੱਕੇ ਨਾਲ ਅੜ ਕੇ ਬੈਠ ਜਾਏਗਾ, ਸਾਰਾ ਪਰਿਵਾਰ ਮੰਨ ਵੀ ਲਏਗਾ, ਚਲ ਕੋਈ ਗੱਲ ਨਹੀਂ। ਮੰਨ ਲਓ ਕੁੜੀ ਦਾ ਪਰਿਵਾਰ ਨਹੀਂ ਮੰਨਦਾ, ਕੁੜੀ ਮਾਨਸਿਕ ਰੋਗੀ ਬਣੇਗੀ, ਮੁੰਡਾ ਜਲਦੀ ਸੰਭਲ ਜਾਏਗਾ, ਕਿਤੇ ਹੋਰ ਵਿਆਹ ਕਰਾ ਲੇਗਾ, ਇਮੋਸ਼ਨਲੀ ਹੋ ਜਾਏਗਾ। ਮੰਮਾ ਇੱਥੇ ਇਹ ਮੈਂ ਦੱਸਦੀ ਹਾਂ, ਤੂੰ ਸਮੱਸਿਆ ਨੂੰ ਸਮਝਣ ਦੀ ਕੋਸ਼ਿਸ਼ ਕਰ। ਉਹਨਾਂ ਦਾ ਕਿਸੇ ਕਾਰਨ ਕਰਕੇ ਵੀ ਵਿਆਹ ਨਹੀਂ ਹੁੰਦਾ। ਜਿਹੜੀ ਕੁੜੀ ਹੈ ਉਹ ਆਪਦੀਆਂ ਭਾਵਨਾਵਾਂ ਨੂੰ ਅੰਦਰ ਦਵਾਏਗੀ, ਮੁੰਡਾ ਉਹ ਗੱਲ ਪ੍ਰਗਟਾ ਸਕਦਾ, ਸਮਾਜਿਕ ਤੌਰ 'ਤੇ ਉਹਨੂੰ ਬੁਰਾ ਨਹੀਂ ਸਮਝਿਆ ਜਾਊਗਾ ਵੀ ਤੁਸੀਂ ਮੇਰਾ ਕਿਉਂ ਕੀਤਾ ਇੱਥੇ, ਨਹੀਂ ਮੈਂ ਨਵੀਂ ਨਾਲ ਉਹ ਕਰਦਾ। ਲੇਕਿਨ ਉਹ ਕੁੜੀ ਨੂੰ ਧੱਕੇ ਨਾਲ ਜਦੋਂ ਤੁਸੀਂ ਕਿਤੇ ਹੋਰ ਵਿਆਹ ਕੇ ਤੋਰ ਦਿੰਦੇ ਆ, ਮੰਨ ਲਓ ਉਹ ਸਾਰੀ ਉਮਰ ਝੋਰਦੀ ਹੈ ਕਿ ਉਹ ਬੰਦਾ ਮੇਰੇ ਕਿੰਨਾ ਵੱਧ ਯੋਗ ਸੀ, ਉਹ ਉੱਥੇ ਗੱਲ ਕਹਿ ਨਹੀਂ ਸਕਦੀ, ਆਪਦੇ ਮਨ ਹੀ ਮਨ ਮਨ ਹੀ ਮਨ ਇੱਕ ਗੁੰਝਲ ਬਣਾ ਲੈਂਦੀ ਹੈ, ਅਤੇ ਇੱਥੇ ਫਿਰ ਜ਼ਿੰਮੇਵਾਰ ਕੌਣ ਹੈ ਦੋਸਤੋ? ਇੱਥੇ ਗੱਲ ਨਾ ਗੁੰਝਲ ਦੀ ਹੋ ਰਹੀ ਹੈ। ਅਸੀਂ ਇਹ ਨਹੀਂ ਕਹਿ ਰਹੇ ਕਿ ਬੰਦੇ ਭੁੱਲ ਜਾਂਦੇ ਆ ਜਾਂ ਫਿਰ ਜਨਾਨੀ ਯਾਦ ਰੱਖ ਲੈਂਦੀ ਹੈ, ਇਹ ਉਹ ਵਾਲੀ ਗੱਲ ਨਹੀਂ ਹੋ ਰਹੀ। ਇਹ ਗੱਲ ਇਹ ਹੋ ਰਹੀ ਹੈ ਕਿ ਕਿੱਥੇ ਤੁਸੀਂ ਓਪਨਲੀ ਉਸ ਚੀਜ਼ ਨੂੰ ਪ੍ਰਗਟਾ ਕੇ ਆਪਣੇ ਸਿਸਟਮ ਚੋਂ ਕੱਢ ਕੇ ਕਥਾਰਸਿਸ ਕਰ ਸਕਦੇ ਹੋ, ਜਾਂ ਫਿਰ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਮਰੇ ਨੂੰ ਰੋਇਆ ਤਾਂ ਰੋ ਕੇ ਹੀ ਬੰਦਾ ਠੀਕ ਹੁੰਦਾ, ਜੇ ਬੰਦੇ ਨੂੰ ਰੋਣਾ ਨਾ ਮਿਲੇ ਤਾਂ ਤੁਸੀਂ ਸੋਚੋ ਤੁਹਾਡਾ ਕੀ ਹਾਲਤ ਹੋਊਗਾ। ਅਤੇ ਅਕਸਰ ਮੈਂ ਚਲੋ ਥੋੜ੍ਹੀ ਜੋਕ ਵਾਲੀ ਗੱਲ ਵੀ ਦੱਸ ਦਿੰਦੀ ਹਾਂ, ਇੰਡੀਅਨ ਪਰਿਵਾਰਾਂ ਵਾਸਤੇ ਇਹ ਬਹੁਤ ਮਸ਼ਹੂਰ ਹੈ ਕਿ ਕੁੜੀਆਂ ਬਹੁਤ ਵੱਡੇ ਵੱਡੇ ਬ੍ਰੇਕਅਪਸ, ਖਾਸ ਤੌਰ 'ਤੇ ਯੰਗ ਅੱਲੜ ਕੁੜੀਆਂ ਜਿਹੜੇ ਨਵੇਂ ਨਵੇਂ ਪਿਆਰ ਹੁੰਦੇ ਆ, ਉਹ ਬਹੁਤ ਵੱਡੇ ਵੱਡੇ ਬ੍ਰੇਕਅਪ ਬਾਥਰੂਮਾਂ 'ਚ ਰੋ ਰੋ ਕੇ ਕੱਢ ਦਿੰਦੀਆਂ, ਉਹਦੀ ਇੱਕ ਰਿਸ਼ਤੇ ਨੂੰ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਫੁੱਲ ਟੋਇਲਟ 'ਚ ਹੀ ਪਾ ਆਉਂਦੀਆਂ ਉਹਦੇ, ਅਤੇ ਉਹ ਕਦੇ ਉਹਨਾਂ ਨੂੰ ਬਾਹਰ ਕੱਢਣ ਦਾ ਮੌਕਾ ਹੀ ਨਹੀਂ ਮਿਲਦਾ, ਕਿਉਂਕਿ ਬਾਹਰ ਆ ਕੇ ਘਰ ਦੇ ਕੰਮ ਵੀ ਕਰਨੇ ਆ, ਰੋਟੀ ਵੀ ਬਣਾਉਣੀ ਆ, ਕਾਲਜ ਵੀ ਜਾਣਾ, ਅਤੇ ਉਹ ਉਵੇਂ ਹੱਸੂ ਹੱਸੂ ਕਰਦੀਆਂ ਫਿਰਦੀਆਂ ਨੇ, ਅਤੇ ਉਹ ਫਿਰ ਇੱਕ ਮਾਨਸਿਕ ਗੁੰਝਲ ਤਾਂ ਬਣੂਗੀ ਨਾ। ਹੁਣ ਮੈਂ ਕਿਉਂਕਿ ਅਧਿਆਪਕ ਰਹੀ ਹਾਂ, ਮੈਂ ਨਾ ਇਹਨਾਂ ਮਸਲਿਆਂ ਨੂੰ ਸੁਲਝਾਉਣ ਲਈ ਜਦੋਂ ਮੈਂ ਆਪਣੇ ਵਿਦਿਆਰਥੀਆਂ ਦੇ ਨਾਲ ਗੱਲਾਂ ਕਰਦੀ ਸੀ, ਮੈਨੂੰ ਲੱਗਦਾ ਹੁੰਦਾ ਸੀ ਵੀ ਮੈਂ ਜਿਹੜੇ ਲੜਕੇ ਨੇ ਮੈਂ ਉਹਨਾਂ ਨੂੰ ਸਪੈਸ਼ਲ ਕਹਿੰਦੀ ਹੁੰਦੀ ਸੀ, ਬੇਟਾ ਜੇ ਤੁਸੀਂ ਇਹਨਾਂ ਚੀਜ਼ਾਂ ਨੂੰ ਜਾਣਨਾ ਹੈ, ਜੇ ਤੁਸੀਂ ਚਾਹੁੰਦੇ ਹੋ ਕਿ ਔਰਤ ਦੇ ਮਨ ਦੇ ਵਿੱਚ ਕੀ ਆ ਉਹ ਜਾਣਨਾ ਚਾਹੁੰਦੇ ਹੋ, ਜਿਨ੍ਹਾਂ ਨਾਲ ਜੇ ਕੱਲ੍ਹ ਨੂੰ ਤੁਸੀਂ ਵਿਆਹ ਵੀ ਕਰਾਉਣਾ ਨਾ, ਉਹਨਾਂ ਔਰਤਾਂ ਨੂੰ ਤੁਸੀਂ ਤਾਂ ਹੀ ਜਾਣ ਸਕੋਗੇ ਜੇ ਤੁਸੀਂ ਬਚਪਨ ਤੋਂ ਆਪਣੀਆਂ ਮਾਵਾਂ ਦੇ ਨਾਲ ਗੱਲਾਂ ਕਰਨ ਦੀ ਆਦਤ ਪਾਓਗੇ, ਉਹਨਾਂ ਨਾਲ ਜੇ ਤੁਹਾਡੇ ਇੰਨੇ ਘਨਿਸ਼ਟ ਸੰਬੰਧ ਹੋਣਗੇ ਉਹ ਉਸੇ ਤਰ੍ਹਾਂ ਆਪਣੇ ਦੁੱਖ ਦਰਦ ਤੁਹਾਡੇ ਨਾਲ ਸਾਂਝੇ ਕਰਨਗੀਆਂ, ਫਿਰ ਤੁਹਾਨੂੰ ਔਰਤ ਦੀ ਮਾਨਸਿਕਤਾ ਸਮਝ ਆਉਂਦੀ ਹੈ। ਬਲਕਿ ਕੁਛ ਵਿਦਿਆਰਥੀਆਂ ਨੇ ਮੈਨੂੰ ਕਿਹਾ ਵੀ ਜਦੋਂ ਅਸੀਂ ਆਪਦੀਆਂ ਮਾਵਾਂ ਦੇ ਨਾਲ ਉਹ ਜਾ ਕੇ ਗੱਲਾਂ ਕਰਦੇ ਹਾਂ ਕਿ ਮੰਮਾ ਐਵੇਂ ਹੁੰਦਾ, ਅਤੇ ਉਹ ਗਲੋਟੇ ਵਾਂਗੂ ਉੱਧੜ ਉੱਧੜ ਦੱਸਦੀਆਂ, ਉਹਨਾਂ ਨੂੰ ਲੱਗਦਾ ਵੀ ਹਾਏ ਸਾਡਾ ਬੱਚਾ ਸਾਨੂੰ ਸਮਝਣ ਦਾ ਯਤਨ ਕਰਦਾ। ਮੈਂ ਨਾ ਇੱਥੇ ਇੱਕ ਚੀਜ਼ ਹੋਰ ਐਡ ਕਰਨਾ ਚਾਹੁੰਦੀ ਹਾਂ ਮੰਮੀ, ਇੰਡੀਅਨ ਸਮਾਜ ਦੇ ਵਿੱਚ ਨਾ ਇੱਕ ਨਾ ਵਰਡ ਹੁੰਦਾ ਇੰਗਲਿਸ਼ ਦਾ ਕੋਡਲ ਕਰਨਾ। ਕੋਡਲ ਕਰਨ ਦਾ ਮਤਲਬ ਹੁੰਦਾ ਕਿ ਇੱਕ ਬੱਚੇ ਨੂੰ ਇੰਨਾ ਕੁ ਪਿਆਰ ਦੇਣਾ, ਇੰਨਾ ਕੁ ਜ਼ਿਆਦਾ ਉਹਦੀਆਂ ਨੀਡਸ ਮੀਟ ਕਰ ਦੇਣੀਆਂ, ਜੋ ਕਿ ਇੰਡੀਅਨ ਖਾਸ ਤੌਰ 'ਤੇ ਸ਼ਹਿਰਾਂ ਦੇ ਵਿੱਚ ਕੁੜੀਆਂ ਨਾਲ ਵੀ ਹੁੰਦਾ, ਪਰ ਪਿੰਡਾਂ ਦੇ ਵਿੱਚ ਆਪਣੇ ਰੂਰਲ ਪੰਜਾਬ ਦੇ ਵਿੱਚ ਮੋਸਟਲੀ ਮੁੰਡਿਆਂ ਨੂੰ ਬਹੁਤ ਕੋਡਲ ਕੀਤਾ ਜਾਂਦਾ। ਉਹਨੂੰ ਬੈਠੇ ਨੂੰ ਰੋਟੀ ਮਿਲਦੀ ਹੈ, ਉਹਦੇ ਕੱਪੜੇ ਪ੍ਰੈਸ ਮਿਲਦੇ ਆ, ਹਰੇਕ ਚੀਜ਼ ਉਹਨੂੰ ਕੀਤੀ ਕਤਾਈ ਮਿਲਦੀ ਹੈ। ਤਾਂ ਉਹ ਜਿਹੜੇ ਕੋਡਲਡ ਬੱਚੇ ਹੁੰਦੇ ਆ ਨਾ, ਉਹ ਮਾਂ ਨੂੰ ਪਿਆਰ ਤਾਂ ਬਹੁਤ ਕਰਦੇ ਆ ਆਪਦੀ ਨੂੰ, ਉਹ
ਇੱਕ ਤਰ੍ਹਾਂ ਨਾਲ ਉਹਦੇ ਰਾਖੇ ਵੀ ਬਣ ਜਾਂਦੇ ਆ, ਜਿਵੇਂ ਪਹਿਲਾਂ ਉਹਨਾਂ ਦਾ ਪਿਓ ਹੁੰਦਾ ਨਾ ਮਾਂ ਦਾ ਰਾਖਾ, ਉਹ ਬਾਅਦ ਚ ਫਿਰ ਭਰਾ ਹੁੰਦੇ ਨੇ, ਫਿਰ ਉਹਦਾ ਰਾਖਾ ਵੀ ਬਣ ਜਾਂਦਾ, ਉਹ ਆਪਦੀ ਵਾਈਫ ਤੋਂ ਹੀ ਉਹਦੀ ਰਾਖੀ ਕਰਦਾ ਫਿਰਦਾ, ਹੋਰ ਤਾਂ ਕਿਸੇ ਤੋਂ ਚਲੋ ਕੀ ਕਰਨੀ ਆ। ਪਰ ਉਹ ਉਹਨੂੰ ਕਦੇ ਵੀ ਪਿਛਲੇ ਉਹਦੀ ਸੋਚ ਨੂੰ ਨਹੀਂ ਸਮਝਦਾ, ਤੇ ਮੈਨੂੰ ਲੱਗਦਾ ਜੇ ਸੋਚ ਸਮਝੇ ਤਾਂ ਉਹ ਮਾਂ ਨੂੰ ਠੀਕ, ਮਾਂ ਦੀ ਗਲਤ ਗੱਲ ਨੂੰ ਵੀ ਠੀਕ ਗਲਤ ਕਹਿ ਸਕੇ ਤੇ ਠੀਕ ਗੱਲ ਨੂੰ ਠੀਕ ਕਹਿ ਸਕੇ। ਤਾਂ ਮੈਂ ਤੁਹਾਡੀ ਇਸ ਗੱਲ ਨਾਲ ਬਿਲਕੁਲ ਐਗਰੀ ਕਰਦੇ ਹਾਂ ਕਿ ਜਦ ਤੱਕ ਤੁਸੀਂ ਗੱਲ ਨਹੀਂ ਕਰੋਗੇ, ਸਿਰਫ ਪਿਆਰ ਇਹਦਾ ਕੋਈ ਆਂਸਰ ਨਹੀਂ ਹੁੰਦਾ, ਗੱਲ ਕਰਨਾ ਸੁੱਖ ਸਹੂਲਤਾਂ ਦੇਣਾ ਹੀ ਆਂਸਰ ਨਹੀਂ ਹੁੰਦਾ, ਯਾ ਦੇਖ ਮੈਂ ਤੇਰੇ ਲਈ, ਯਾ ਮਾਂ ਦੀ ਗਲਤ ਗੱਲ ਨੂੰ ਹੀ ਸਹੀ ਠਹਿਰਾਉਣਾ, ਸਹੀ ਕੋਈ ਗੱਲਬਾਤ ਕਰਨਾ ਨਹੀਂ ਹੁੰਦਾ। ਗੱਲਬਾਤ ਦਾ ਅਰਥ ਹੁੰਦਾ ਗੋਸ਼ਟ ਕਰਨਾ, ਜਿਵੇਂ ਕਿ ਅਸੀਂ ਆਪਸ 'ਚ ਕਰ ਰਹੇ ਹਾਂ, ਅਸੀਂ ਤੁਹਾਡੇ ਨਾਲ ਕਰ ਰਹੇ ਹਾਂ, ਤੁਸੀਂ ਸਾਡੇ ਨਾਲ ਕਰਦੇ ਹੋ, ਆਪਾਂ ਇੱਕ ਦੂਜੇ ਨਾਲ ਗੱਲ ਕਰੀਏ। ਉਵੇਂ ਮਾਂ ਬੱਚੇ ਜਿਹੜੇ ਨੇ, ਜਿਹੜੇ ਚਾਹੁੰਦੇ ਨੇ ਕਿ ਅਸੀਂ ਇੱਕ ਹਊਆ ਜਿਹਾ ਬਣਿਆ ਹੋਇਆ ਕਿ ਓਪੋਜ਼ਿਟ ਸੈਕਸ ਨੂੰ ਜਾਣਦੇ ਨੇ, ਮਾਂ ਦੀਆਂ ਹੋਈਆਂ ਬੀਤੀਆਂ ਨੂੰ, ਮਤਲਬ ਜੇ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋਗੇ ਤਾਂ ਹੀ ਤੁਹਾਨੂੰ ਆਪਣਾ ਭਵਿੱਖ ਸਮਝ ਆਊਗਾ ਕਿ ਸਾਡੇ ਜਿਹੜੇ ਕਹਿ ਲਈਏ ਵਡੇਰਿਆਂ ਤੋਂ ਕੀ ਗਲਤੀਆਂ ਹੋਈਆਂ ਕਿ ਜਿਹੜੀਆਂ ਕਿ ਤੁਸੀਂ ਨਾ ਕਰੋ। ਹਾਂ, ਉਹਨੂੰ ਐਜ਼ ਅ ਹਿਊਮਨ ਸਮਝੋ, ਨਾ ਕਿ ਇੱਕ ਜਿਹੜਾ ਅਸੀਂ ਕਹਿੰਦੇ ਹਾਂ ਕਿ ਇੱਕ ਪੈਡੈਸਟਰਲ 'ਤੇ ਧਰ ਕੇ ਇੱਕ ਮੂਰਤੀ ਬਣਾ ਕੇ ਪੂਜ ਕੇ ਨਾ ਉਹਨੂੰ ਸਮਝੋ, ਉਹਨੂੰ ਇੱਕ ਇਨਸਾਨ ਸਮਝ ਕੇ ਸਮਝੋ। ਹੁਣ ਆਪਾਂ ਜਿਵੇਂ ਕਾਮਕ ਤ੍ਰਿਪਤੀ ਦੀ ਗੱਲ ਕੀਤੀ ਸੀ, ਮੈਨੂੰ ਨਾ ਉਹ ਇੱਕ ਕੇਸ ਯਾਦ ਆ ਗਿਆ। ਮੈਂ ਥੋੜ੍ਹਾ ਜਿਹਾ ਦੋਸਤਾਂ ਨੂੰ ਦੱਸਦਾ। ਦੋਸਤੋ, ਮੰਮੀ ਦੀ ਨਾ ਇੱਕ ਕਿਤਾਬ ਆਈ ਸੀਗੀ, ਸਾਖਰਤਾ ਸੰਮਤੀ ਨੇ ਛਾਪੀ ਸੀ ਪਹਿਲੀ ਐਡੀਸ਼ਨ ਉਹਦੀ, ਉਹਦਾ ਨਾਮ ਸੀ ਔਰਤ ਦਸ਼ਾ ਅਤੇ ਦਿਸ਼ਾ। ਉਹਦੇ ਵਿੱਚ ਪਹਿਲਾਂ 10 ਕੇਸ ਨੇ ਜੋ ਸੋਲਵ ਕੀਤੇ ਨੇ ਅਤੇ ਕਹਾਣੀ ਵਾਲੇ ਰੂਪ ਦੇ ਵਿੱਚ ਨੇ, ਅਤੇ ਉਸ ਤੋਂ ਪਿੱਛੇ ਉਹਨਾਂ ਦੇ ਕਾਰਨਾਂ ਬਾਰੇ, ਮਾਨਸਿਕ ਗੁੰਝਲਾਂ ਬਾਰੇ ਪੂਰਾ ਡਿਟੇਲਡ ਅਨਾਲਿਸਿਸ ਹੈ। ਅਤੇ ਉਦੋਂ ਬਾਅਦ ਉਹਦੀਆਂ ਕਾਫੀ ਐਡੀਸ਼ਨਸ ਆ ਚੁੱਕੀਆਂ, ਪੀਪਲਸ ਫੋਰਮ ਨੇ ਵੀ ਇਹ ਕਿਤਾਬ ਛਾਪੀ ਹੋਈ ਹੈ, ਅਤੇ ਹੁਣ ਉਹ ਆਊਟ ਆਫ ਪ੍ਰਿੰਟ ਚੱਲ ਰਹੀ ਹੈ। ਅਤੇ ਮੰਮੀ ਹੁਣ ਤੁਸੀਂ ਕੇਸ ਬਾਰੇ ਦੱਸੋ। ਉਹਦੇ 'ਚ ਮੈਂ ਨਾ ਜਸਟ ਪੂਰਾ ਕੇਸ ਤਾਂ ਨਹੀਂ ਦੱਸ ਸਕਾਂਗੀ, ਨਾ ਹੀ ਉਹਨਾਂ ਦੇ ਨਾਂ ਦੱਸ ਸਕਾਂਗੀ, ਪਰ ਮੈਂ ਇੱਕ ਕੇਸ ਜਿਹੜਾ ਸੋਲਵ ਕੀਤਾ ਉਸ ਦੇ ਵਿੱਚ ਇੱਕ ਔਰਤ ਉਹਦੇ ਕੰਨ ਦੇ ਵਿੱਚੋਂ ਭੂਤ ਆਉਂਦਾ ਸੀ। ਤੁਸੀਂ ਦੇਖੋ ਕੰਨ ਦੇ ਵਿੱਚੋਂ ਕਦੇ ਭੂਤ ਨਿਕਲ ਸਕਦਾ। ਅਤੇ ਸਾਡੇ ਕੋਲ ਉਸ ਲੜਕੀ ਦਾ ਭਰਾ ਆਇਆ ਸੀ ਜਿਹੜਾ ਕਿ ਪੜ੍ਹਿਆ ਲਿਖਿਆ ਸੀ, ਅਧਿਆਪਕ ਲੱਗਿਆ ਸੀ। ਉਸ ਨੇ ਕਿਹਾ ਕਿ ਮੇਰੀ ਭੈਣ ਬਹੁਤ ਜ਼ਿਆਦਾ ਬਿਮਾਰ ਹੈ ਅਤੇ ਇਸ ਤਰ੍ਹਾਂ ਹੀ। ਅਤੇ ਮੈਂ ਜਦੋਂ ਅਸੀਂ ਚਲੇ ਗਏ, ਉਹਦੇ ਨਾਲ ਵੀ ਸਿਆਣਾ ਬੰਦਾ ਹੈ, ਟੀਚਰ ਹੈ, ਜਦੋਂ ਜਾ ਕੇ ਅਸੀਂ ਉਸਦੇ ਘਰ, ਉਹਦਾ ਛੋਟਾ ਜਿਹਾ ਬੱਚਾ ਸੀ, ਦੇਖੋ ਬਾਲ ਬੱਚੇਦਾਰ ਔਰਤ ਸੀ, ਉਹਦਾ ਘਰ ਵਾਲਾ ਵੀ ਬਹੁਤ ਸਾਊ ਕਿਸਮ ਦਾ, ਬਹੁਤ ਹੀ ਅੱਛਾ ਬੰਦਾ ਸੀ, ਪਰ ਖੇਤੀ ਕਰਦਾ ਸੀ, ਔਰਤ ਵੀ ਅਨਪੜ੍ਹ ਸੀ ਅਤੇ ਉਹ ਆਦਮੀ ਵੀ ਅਨਪੜ੍ਹ ਸੀ, ਪਰ ਭਰਾ ਪੜ੍ਹਿਆ ਲਿਖਿਆ ਸੀ। ਅਸੀਂ ਜਦੋਂ ਉਹਦੇ ਨਾਲ ਗੱਲ ਕੀਤੀ ਕਿ ਦੇਖ, ਅਸੀਂ ਜੋ ਵੀ ਗੱਲ ਕਰਾਂਗੇ ਅਸੀਂ ਨਾ ਤਾਂ ਤੈਨੂੰ ਦੱਸਾਂਗੇ, ਪਰ ਜਿੱਥੋਂ ਤੱਕ ਸਹਿਯੋਗ ਦੀ ਗੱਲ ਹੈ ਉਸ ਵੇਲੇ ਤੈਨੂੰ ਦੱਸਾਂਗੇ ਕਿ ਸਾਨੂੰ ਕੀ ਚਾਹੀਦਾ। ਉਹ ਕਹਿੰਦਾ ਠੀਕ ਹੈ। ਅਸੀਂ ਸਾਰੇ ਪਰਿਵਾਰ ਤੋਂ ਕਮਿਟਮੈਂਟ ਲੈਂਦੇ ਸੀ ਕਿ ਇੱਕ ਦੂਜੇ ਦੀ ਗੱਲ ਇੱਕ ਦੂਜੇ ਨਾਲ ਸ਼ੇਅਰ ਨਹੀਂ ਕਰਾਂਗੇ, ਅਸੀਂ ਤੁਹਾਡੀਆਂ ਜਿਹੜੀਆਂ ਕਮਜ਼ੋਰੀਆਂ ਉਹਨੂੰ ਲੁਕੋ ਕੇ ਰੱਖਾਂਗੇ, ਤਾਂ ਹੀ ਮਤਲਬ ਕੋਈ ਤੁਹਾਡੇ 'ਤੇ ਭਰੋਸਾ ਕਰਦਾ। ਉਹ ਔਰਤ ਨੇ ਜਾਂਦੇ ਸਾਰ ਜਿਵੇਂ ਆਪਣੇ ਬਟਨ ਖੋਲ੍ਹੇ, ਮਤਲਬ ਕਮੀਜ਼ ਪਾੜਨ ਤੱਕ ਗਈ, ਅਤੇ ਇੱਕਦਮ ਉਹ ਮੰਜੇ ਥੱਲੇ ਡੰਡਾ ਲੈ ਕੇ ਹੋ ਗਏ ਵੀ ਨਿਕਲੋ ਬਾਹਰ, ਉਹਨੂੰ ਭੂਤ ਦਿਸ ਰਹੇ ਸੀ। ਅਤੇ ਉਹਨੇ ਕਿਹਾ ਵੀ ਮੇਰੇ ਕੰਨ 'ਚ ਵੜ ਗਿਆ ਭੂਤ। ਅਤੇ ਮੈਂ ਉੱਥੇ ਬੈਠ ਕੇ ਉਹਦੀਆਂ ਹਰਕਤਾਂ ਸਾਰੀਆਂ ਨੋਟ ਕੀਤੀਆਂ, ਦਿਖੀਆਂ, ਮਤਲਬ ਮੈਨੂੰ ਅਸਲ ਦੇ ਵਿੱਚ ਜਿੰਨੀ ਉੱਥੇ ਗੱਲ ਸਮਝ ਆਈ ਸਾਰੇ ਕੁਛ ਦੀ, ਜੋ ਕੁਛ ਔਰਤ ਨੇ ਮੈਨੀਫੈਸਟ ਕੀਤਾ, ਮੈਂ ਉਹ ਇੱਥੇ ਤਾਂ ਨਹੀਂ ਦੱਸੂੰਗੀ, ਪਰ ਮੈਂ ਸਮਝ ਲਈ ਉਹਦੀ ਗੱਲ। ਅਤੇ ਮੈਂ ਉਹਦਾ ਸਿੱਟਾ ਕੱਢਿਆ ਕਿ ਉਹ ਔਰਤ ਨੇ ਬੱਚਾ ਵੀ ਪੈਦਾ ਕਰਤਾ ਸੀ, ਸਕੂਲ ਜਾਂਦਾ ਸੀ, ਉਹ ਵਿਚਾਰਾ ਡਰ ਜਾਂਦਾ ਸੀ ਜਦੋਂ ਮੈਂ ਇਹੋ ਜਿਹੀਆਂ ਹਰਕਤਾਂ ਕਰਦੀ ਸੀ। ਅਸਲ ਦੇ ਵਿੱਚ ਮਾਂ ਦੀ ਕਾਮਕ ਸੰਤੁਸ਼ਟੀ ਨਹੀਂ ਹੁੰਦੀ ਸੀ,
ਠੀਕ ਹੈ, ਅਤੇ ਉਹ ਆਦਮੀ ਬੁਰਾ ਨਹੀਂ ਸੀ, ਬਹੁਤ ਅੱਛਾ ਸੀ, ਅਤੇ ਉਹ ਵੀ ਉਸੇ ਤਰ੍ਹਾਂ ਹੀ ਦਬਿਆ ਹੋਇਆ ਸੀ ਸਮਾਜ ਦੇ ਵਿੱਚ, ਖੁੱਲ੍ਹ ਕੇ ਮਤਲਬ ਉਸ ਤਰ੍ਹਾਂ ਨਹੀਂ ਸੀ ਉਸ ਤਰ੍ਹਾਂ ਚਾਹੁੰਦਾ ਜਿਵੇਂ ਵੀ ਜਾਣੀ ਇੱਕ ਦੂਜੇ ਨੂੰ ਪਤੀ ਪਤਨੀ ਚਾਹੁੰਦੇ ਹੁੰਦੇ ਹੈਗੇ। ਇੱਕ ਜਿਹੜਾ ਸਮਾਜਿਕ ਦਬਾਓ ਹੈ, ਇੱਕ ਸਮਾਜਿਕ ਰਿਸ਼ਤਾ ਸੀ ਉਹਨਾਂ ਦਾ ਕੋਈ ਪਤੀ ਪਤਨੀ ਵਾਲਾ ਇਮੋਸ਼ਨਲ ਸੈਕਸ਼ੁਅਲ ਰਿਸ਼ਤਾ ਹੀ, ਇਮੋਸ਼ਨਲ ਵੀ ਸੀ, ਇਮੋਸ਼ਨਲ ਤਾਂ ਸੀ ਪਰ ਨਾ ਜਿਸ ਤਰ੍ਹਾਂ ਹੁੰਦਾ ਹੈਗਾ ਕਿ ਅਸੀਂ ਉਹ ਸਾਰਾ ਕੁਛ ਸਰੀਰਕ ਸੰਬੰਧ ਨਹੀਂ ਸੀਗੇ ਉਹਨਾਂ ਦੇ, ਸਰੀਰਕ ਸੰਬੰਧ ਸੀ ਪਰ ਜਿਹੜੇ ਸਰੀਰਕ ਸੰਬੰਧ ਸਿਰਫ ਪੈਦਾ ਕਰ ਲੈਣੇ ਹੀ, ਇੱਕ ਕਹਿ ਲਈਏ ਕਿ ਖਾਨਾ ਪੂਰਤੀ ਕਰ ਲੈਣੀ ਹੀ ਨਹੀਂ ਹੁੰਦੀ, ਠੀਕ ਹੈ, ਇੱਕ ਸੰਤੁਸ਼ਟੀ ਚਾਹੀਦੀ ਹੁੰਦੀ ਆ। ਉਹ ਇੱਕ ਦੂਜੇ ਨੂੰ ਸਮਝਾ ਵੀ ਨਹੀਂ ਸਕਦੇ ਹੁੰਦੇ, ਇੱਕ ਦੂਜੇ ਤੋਂ ਸੰਗਦੇ ਇਸ ਤਰ੍ਹਾਂ ਹੁੰਦੇ ਆ। ਅਤੇ ਮੈਂ ਜਦੋਂ ਗੱਲ ਸਮਝ ਲਈ, ਮੈਂ ਉਹਦੇ ਭਰਾ ਨੂੰ ਕਿਹਾ ਵੀ ਦੇਖ ਤੂੰ ਪੜ੍ਹਿਆ ਲਿਖਿਆ, ਮਸਲਾ ਇਹ ਆ। ਅਤੇ ਫਿਰ ਮੈਂ ਇਹ ਗੱਲ ਤੁਹਾਡੇ ਡੈਡੀ ਨੂੰ ਸਮਝਾਈ, ਤੁਹਾਡੇ ਡੈਡੀ ਨੇ ਉਸ ਬੰਦੇ ਨਾਲ ਗੱਲ ਕੀਤੀ, ਉਹ ਬੰਦਾ ਮੰਨ ਗਿਆ ਵੀ ਠੀਕ ਹੈ। ਅਤੇ ਉਹਦਾ ਭਰਾ ਫੁੱਟ ਫੁੱਟ ਕੇ ਰੋਇਆ, ਕਿਉਂਕਿ ਪੜ੍ਹਿਆ ਲਿਖਿਆ ਸੀ, ਸਭ ਤੋਂ ਪਹਿਲਾਂ ਗੱਲ ਉਹਨੇ ਸਮਝੀ ਵੀ ਯਾਰ ਕਮਾਲ ਹੈ ਵੀ ਅਸੀਂ ਮਰਦ ਲੋਕ, ਵੀ ਦੇਖੋ ਮੇਰੀ ਤਾਂ ਸਿਸਟਰ ਹੈ, ਵੀ ਮੈਂ ਤਾਂ ਇਹ ਗੱਲ ਨੂੰ ਸਮਝ ਨਹੀਂ, ਮੈਨੂੰ ਕੀ ਸਮਝਾਉਣਾ ਸੀ, ਦੇਖੋ ਉਹਦੇ ਹਸਬੈਂਡ ਨੂੰ ਵੀ ਨਹੀਂ, ਇਹ ਮੇਰੀ ਵਾਈਫ ਨਾਲ ਵੀ ਹੋ ਸਕਦਾ, ਇਹ ਤਾਂ ਸੱਚਮੁੱਚ ਵੀ ਵੱਡੀ ਗੱਲ ਹੈ। ਔਰ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਸੰਬੰਧ ਹੈ ਉਹ ਕਾਫੀ ਸੁਖਾਵੇਂ ਹੋ ਗਏ, ਪਤੀ ਪਤਨੀ ਦਾ ਜਿਹੜਾ ਰਿਸ਼ਤਾ ਹੈ ਉਹ ਬਹੁਤ ਹੀ ਘਨਿਸ਼ਠ ਹੋ ਗਿਆ, ਜਿਵੇਂ ਉਹ ਚਾਹੁੰਦੀ ਸੀ, ਦੋਨੋਂ ਬਹੁਤ ਇੱਕ ਦੂਜੇ ਦੇ ਨੇੜੇ ਆ ਗਏ। ਅਤੇ ਉਹ ਜਿਹੜਾ ਅਧਿਆਪਕ ਸੀ ਉਹ ਸਾਡਾ ਸਪੈਸ਼ਲ ਧੰਨਵਾਦ ਕਰਨ ਆਇਆ ਕਿ ਤੁਸੀਂ ਸਾਨੂੰ ਸਹੀ ਰਾਹ ਪਾ ਦਿੱਤਾ। ਕਈ ਵਾਰ ਤਾਂ ਅਸੀਂ ਇਹ ਗੱਲਾਂ ਨੂੰ ਸਾਹਮਣੇ ਪਰਦੇ ਦੇ ਲਿਆਉਂਦੇ ਨਹੀਂ, ਜਿਵੇਂ ਬੜੀਆਂ ਅਸ਼ਲੀਲ ਹੁੰਦੀਆਂ, ਪਤੀ ਪਤਨੀ ਦਾ ਰਿਸ਼ਤਾ ਕੋਈ ਅਸ਼ਲੀਲ ਥੋੜ੍ਹੇ ਨਾ ਹੁੰਦਾ ਹੈ। ਦੋਸਤੋ ਇਹਦੇ 'ਚ ਮੈਂ ਨਾ ਇੱਕ ਐਡ ਕਰਦਾ, ਹੁਣ ਇਹ ਵਾਲੀਆਂ ਜਿਹੜੀਆਂ ਪ੍ਰੋਬਲਮਸ ਆਉਂਦੀਆਂ ਨੇ ਉਹਨਾਂ ਵਾਸਤੇ ਸਪੈਸ਼ਲ ਇੱਕ ਸੈਕਸ ਥੈਰੇਪਿਸਟ ਵੀ ਨੇ ਜੋ ਇਹਨਾਂ ਚੀਜ਼ਾਂ 'ਚ ਤੁਹਾਡੀ ਹੈਲਪ ਕਰ ਸਕਦੇ ਆ। ਤਾਂ ਜੇ ਕਦੇ ਵੀ ਕਿਸੇ ਦੀ ਲਾਈਫ 'ਚ ਇਹੋ ਜਿਹੀ ਪ੍ਰੋਬਲਮ ਆਉਂਦੀ ਹੈ ਅਤੇ ਤੁਹਾਨੂੰ ਲੱਗਦਾ ਤੁਸੀਂ ਕਿਸੇ ਨਾਲ ਸ਼ੇਅਰ ਨਹੀਂ ਕਰ ਸਕਦੇ, ਤਾਂ ਇਹਦੇ ਲਈ ਸਪੈਸੀਫਿਕ ਡਾਕਟਰਸ ਕਹਿ ਲਓ, ਸਾਈਕੈਟਰਿਸਟ ਕਹਿ ਲਓ, ਥੈਰੇਪਿਸਟ ਨੇ ਜੋ ਤੁਹਾਨੂੰ ਇਹ ਗੱਲਾਂ ਸਮਝਣ ਅਸਲ ਦੇ ਵਿੱਚ ਥੋੜਾ ਤਾਂ ਤਬਦੀਲੀ ਵੀ ਆ ਗਈ ਸਪਲ, ਕਿਉਂਕਿ ਇਹ ਸਾਡੀ ਜਨਰੇਸ਼ਨ ਦੀਆਂ ਸਮੱਸਿਆਵਾਂ ਸੀ ਕਿ ਜਿਹੜੇ ਖੁੱਲ੍ਹ ਕੇ ਨਹੀਂ ਮਤਲਬ ਇਸ ਤਰ੍ਹਾਂ ਕਰਦੇ ਸੀ। ਤੁਹਾਡੀ ਜਨਰੇਸ਼ਨ ਦੀਆਂ ਸਮੱਸਿਆਵਾਂ ਕਾਫੀ ਘੱਟ ਨੇ, ਕਿਉਂਕਿ ਪੜ੍ਹਨ ਲਿਖਣ ਨਾਲ ਤੁਹਾਡੇ ਪੇਰੈਂਟਸ ਵੀ ਜ਼ਿਆਦਾ ਪੜ੍ਹ ਲਿਖੇ ਗਏ, ਉਨੀ ਖੁੱਲ੍ਹ ਵੀ ਮਿਲੀ ਆ ਸਾਰਿਆਂ ਨੂੰ, ਠੀਕ ਹੈ, ਅਤੇ ਉਹ ਸਮਝਦੇ ਨੇ ਇਹਨਾਂ ਗੱਲਾਂ ਨੂੰ ਵੀ, ਇਹ ਕੋਈ ਗੱਲਾਂ ਐਡੀਆਂ ਨਹੀਂ ਹੁੰਦੀਆਂ ਜਿਨ੍ਹਾਂ ਨੂੰ ਅਸੀਂ ਇੰਨਾ ਲੁਕੋ ਕੇ ਰੱਖਦੇ ਸੀ ਬਈ ਇੱਕ ਦੂਜੇ ਦੇ ਨੇੜੇ ਕਿਵੇਂ ਆਉਣਾ ਹੈ ਜਾਂ ਹੋਰ ਆਉਣਾ, ਠੀਕ ਹੈ। ਅਤੇ ਜਿੰਨਾ ਅਸੀਂ ਇਹਨਾਂ ਚੀਜ਼ਾਂ ਨੂੰ ਸਮਝਾਂਗੇ, ਸਮਝ ਕੇ ਫਿਰ ਉਨੀ ਸਪੇਸ ਦੇਵਾਂਗੇ, ਸਾਡਾ ਜਿਹੜਾ ਸਮਾਜ ਆ ਉਨਾ ਹੀ ਵਧੀਆ ਬਣੂਗਾ, ਉਨਾ ਹੀ ਵਹਿਮਾਂ ਭਰਮਾਂ ਤੋਂ ਦੂਰ। ਨਹੀਂ ਤਾਂ ਉਹ ਸਿਆਣਿਆਂ ਦੇ ਜਾਂਦੇ ਸੀ ਅਤੇ ਉੱਥੇ ਕੋਈ ਚਿਮਟੇ ਮਾਰਦਾ ਏ, ਕੋਈ ਉਹਨਾਂ ਦੇ ਸੰਗਲ ਮਾਰਦਾ ਏ, ਉਹ ਔਰਤਾਂ ਵਿਚਾਰੀਆਂ 'ਚ ਭੂਤ ਤਾਂ ਨਹੀਂ ਹੁੰਦੇ, ਉਹੀ ਭੂਤ ਦੇਖ ਲਓ ਗੈਬ ਹੋ ਗਿਆ, ਕੋਈ ਕੰਨ 'ਚ ਭੂਤ ਨਾ ਨਿਕਲਿਆ, ਕੋਈ ਕਿਤੇ ਵੀ ਨਾ ਨਿਕਲਿਆ। ਨਹੀਂ ਤਾਂ ਉਨੀ ਦੇਰ ਤੱਕ ਉਹਨਾਂ ਨੂੰ ਕੁੱਟੀ ਜਾਂਦੇ ਨੇ, ਉਹਨਾਂ ਦੇ ਜ਼ਖਮ ਹੋ ਜਾਂਦੇ ਨੇ, ਨੀਲ ਪਾ ਦਿੰਦੇ ਨੇ, ਅਤੇ ਨਾਲੇ ਤਾਂ ਪਰਿਵਾਰ ਦੀ ਉਹ ਸਿਆਣੇ ਲੁੱਟ ਕਰਦੇ ਨੇ, ਅਤੇ ਨਾਲੇ ਉਹ ਜਿਹੜੀਆਂ ਔਰਤਾਂ ਵਿਚਾਰੀਆਂ ਮਰਨ ਕਿਨਾਰੇ ਹੋ ਜਾਂਦੀਆਂ, ਜੋ ਵੀ ਉਹ ਮਨਾਈ ਜਾਂਦੇ ਨੇ ਉਹੀ ਮੰਨੀ ਜਾਂਦੀਆਂ ਨੇ, ਗਲਤ ਠੀਕ। ਉਹ ਇਕੱਲੀਆਂ ਨੂੰ ਜਦੋਂ ਮੰਨ ਲਓ ਸਿਆਣਿਆਂ ਕੋਲ ਛੱਡ ਦਿੰਦੇ ਆ, ਉਹ ਜੋ ਵੀ ਉਹਨਾਂ ਨਾਲ ਕਰ ਸਕਦੇ ਆ, ਅਸੀਂ ਸਿਆਣੇ ਦੀ ਗੱਲ ਮੰਨਾਂਗੇ, ਔਰਤਾਂ ਦੀ ਥੋੜ੍ਹੋ ਮੰਨਾਂਗੇ, ਉਹਨਾਂ ਨਾਲ ਉੱਥੇ ਕਿੰਨਾ ਕੁ ਕਰਮ ਹੁੰਦਾ, ਕਿੰਨਾ ਨਿਆਂ ਹੁੰਦਾ ਹੈਗਾ, ਇਹ ਜਦੋਂ ਅਸੀਂ ਉਹਨਾਂ ਨੂੰ ਦੱਸਾਂਗੇ ਤਾਂ ਹੀ ਉਹ ਰਾਹ ਪੈਣਗੀਆਂ। ਅੱਜ ਦਾ ਐਪੀਸੋਡ ਮੇਰੇ ਖਿਆਲ 'ਚ ਆਪਾਂ ਕਰੀਏ ਖਤਮ,
ਮੈਨੂੰ ਐਂ ਲੱਗਦਾ ਵੀ ਆਪਾਂ ਨੂੰ ਇਹ ਮੈਸੇਜ ਦੇਣਾ ਚਾਹੀਦਾ ਕਿ ਮਾਨਸਿਕ ਰੋਗੀ ਮਰਦ ਵੀ ਹੋ ਸਕਦੇ ਨੇ, ਔਰਤਾਂ ਵੀ ਹੋ ਸਕਦੀਆਂ, ਪਰ ਉਹਨਾਂ ਦੇ ਕਾਰਨ ਵੱਖਰੇ ਵੱਖਰੇ ਹੋ ਜਾਂਦੇ ਨੇ, ਹੋ ਸਕਦੇ ਨੇ। ਅਸੀਂ ਅੱਜ ਦੇ ਐਪੀਸੋਡ 'ਚ ਦੋਸਤੋ ਇਹੀ ਕਾਰਨ ਐਕਸਪਲੋਰ ਕਰਨ ਦੀ ਕੋਸ਼ਿਸ਼ ਕੀਤੀ ਹੈ, ਮਰਦ ਦੇ ਮੁਕਾਬਲੇ ਨਾ, ਕਿਉਂਕਿ ਔਰਤ ਵੱਧ ਦਬਾਈ ਹੋਈ ਆ, ਉਹ ਵੱਧ ਮਨ ਦੇ ਵਿੱਚ ਗੱਲ ਰੱਖਦੀ ਹੈ, ਦੱਸ ਨਹੀਂ ਸਕਦੀ। ਪਰ ਦੋਸਤੋ ਇਹਦਾ ਮਤਲਬ ਇਹ ਨਹੀਂ ਕਿ ਹਰ ਹੀ ਔਰਤ ਦਬਾਈ ਹੈ, ਅਸੀਂ ਜਨਰਲਾਈਜ਼ ਕਰਕੇ ਗੱਲ ਕਰਦੇ ਹਾਂ ਕਿ ਜ਼ਿਆਦਾ ਪਰਸੈਂਟ ਦੀ। ਤਾਂ ਅੱਜ ਦਾ ਐਪੀਸੋਡ ਤੁਹਾਨੂੰ ਕਿਹੋ ਜਿਹਾ ਲੱਗਿਆ ਸਾਨੂੰ ਦੱਸੋ, ਤੇ ਬਾਕੀ ਸਾਡੇ ਪਿਛਲੇ ਐਪੀਸੋਡ ਨੂੰ ਤੁਸੀਂ ਇੰਨਾ ਪਿਆਰ ਦਿੱਤਾ ਉਹਦੇ ਵਾਸਤੇ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸਾਰਿਆਂ ਦਾ।